ਵੱਡੀ ਖਬਰ ਬੱਚਿਆਂ ਨਾਲ ਪਰੀ ਸਕੂਲ ਵੈਨ ਦਾ ਭਿਆਨਕ ਹਾਦਸਾ ਹੋਇਆ ਐਕਸੀਡੈਂਟ ਦੇ ਵਿੱਚ ਇੱਕ ਬੱਚੇ ਦੀ ਮੌਤ ਹੋ ਗਈ ਹੈ ਕਈ ਬੱਚੇ ਲਹੂ ਲੁਹਾਨ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਜਿੱਥੇ ਫਿਲਹਾਲ ਉਹਨਾਂ ਦਾ ਇਲਾਜ ਚੱਲ ਰਿਹਾ ਤਾਂ ਬੇहद ਵੱਡੀ ਖਬਰ ਆ ਰਹੀ ਹੈ ਸਕੂਲ ਵੈਨ ਦਾ ਐਕਸੀਡੈਂਟ ਹੋਇਆ ਐਕਸੀਡੈਂਟ ਦੇ ਵਿੱਚ ਇੱਕ ਬੱਚੇ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਕਿ ਸਵੇਰ ਦੀ ਇਹ ਪੂਰੀ ਘਟਨਾ ਹੈ 7:15 ਵਜੇ ਦੇ ਕਰੀਬ ਇਹ ਪੂਰਾ ਹਾਦਸਾ ਵਾਪਰਿਆ ਹਾਦਸੇ ਦੇ ਵਿੱਚ ਇੱਕ ਬੱਚੇ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਕਿ ਟਾਂਡਾ ਤੋਂ ਦਸੂਆ ਇਹ ਬੱਸ ਜਾ ਰਹੀ ਸੀ ਨਿੱਜੀ ਸਕੂਲ ਦੀ ਇਹ ਬੱਸ ਹੈ ਜਿਸ ਦੇ ਨਾਲ ਹਾਦਸਾ ਹੋਇਆ ਟਰੱਕ ਦੇ ਵੱਲੋਂ ਪਿੱਛੋਂ ਦੀ ਟੱਕਰ ਮਾਰੀ ਗਈ ਹੈ ਟੱਕਰ ਮਾਰਨ ਦੇ ਕਾਰਨ ਕਈ ਬੱਚੇ ਲਹੂ ਲੁਹਾਨ ਹੋਏ ਨੇ ਕਈ ਬੱਚੇ ਫੱਟੜ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਜਿੱਥੇ ਫਿਲਹਾਲ ਉਹਨਾਂ ਦਾ ਇਲਾਜ ਚੱਲ ਰਿਹਾ ਦੱਸਿਆ ਜਾ ਰਿਹਾ ਕਿ 50 ਦੇ ਕਰੀਬ ਬੱਚੇ ਇਸ ਬੱਸ ਦੇ ਵਿੱਚ ਸਵਾਰ ਸਨ ਇੱਕ ਕੰਡਕਟਰ ਤੇ 3 ਬੱਚੇ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਜਲੰਧਰ ਰੈਫਰ ਕਰ ਦਿੱਤਾ ਗਿਆ ਹੈ ਜਦਕਿ ਬਾਕੀ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਉਹਨਾਂ ਦਾ ਫਿਲਹਾਲ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਕਿਸ ਤਰੀਕੇ ਨਾਲ ਇਹ ਪੂਰੀ ਘਟਨਾ ਵਾਪਰੀ ਹੈ ਵਧੇਰੀ ਜਾਣਕਾਰੀ ਲਈ ਮੇਰੇ ਸਹਿਯੋਗੀ ਪ੍ਰਵੀਨ ਜੁੜ ਚੁੱਕੇ ਨੇ ਪ੍ਰਵੀਨ ਕਿਸ ਤਰੀਕੇ ਨਾਲ ਇਹ ਪੂਰਾ ਹਾਦਸਾ ਵਾਪਰਿਆ ਨਮਸਕਾਰ ਮੈਡਮ ਤੁਹਾਨੂੰ ਦੱਸਣਾ ਚਾਹੁੰਦਾ ਵੀ ਸਵੇਰੇ ਤਕਰੀਬਨ 7:30 ਦੇ ਕਰੀਬ ਜਿਹੜੀ ਹੈ ਬੱਸ ਜਿਹੜੀ ਹੈ ਸ਼ਹਿਰ ਪੌਂਡ ਕਨਵਰਟ ਸਕੂਲ ਦੀ ਹੈ ਟਾਂਡੇ ਤੋਂ ਦਸੂਏ ਆ ਰਹੀ ਸੀ ਸਕੂਲ ਟਾਈਮ ਤੇ ਤੇ ਏਅਰਲਾਈਨਸ ਪੰਪ ਜਿਹੜਾ ਨੈਸ਼ਨਲ ਹਾਈਵੇ ਦੇ ਉੱਪਰ ਜਿਹੜਾ ਹੈ ਪਿੱਛੋਂ ਕਿ ਟਰੱਕ ਨੇ ਹਿੱਟ ਕੀਤਾ ਬੱਸ ਨੂੰ ਜਿਹਦੇ ਨਾਲ ਟਰੱਕ ਹਿੱਟ ਹੋਣ ਨਾਲ ਜਿਹੜੀ ਹੈ ਬੱਸ ਜਿਹੜੀ ਹੈ ਡਿਵਾਈਡਰ ਤੇ ਚੜ ਗਈ ਹੈ ਤੇ ਬੱਚੇ ਜ਼ਖਮੀ ਹੋਏ ਨੇ ਕਿੰਨੇ ਬੱਚੇ ਦੀ ਮੌਤ ਹੋ ਚੁੱਕੀ ਹੈ ਕਿੰਨੇ ਜ਼ਖਮੀ ਨੇ ਮੈਡਮ ਤੁਹਾਨੂੰ ਦੱਸਣਾ ਚਾਹੁੰਗਾ ਵੀ ਉਹਦੇ ਵਿੱਚ 13 ਬੱਚੇ ਇੰਜਰਡ ਹੋਏ ਆ ਜਿਹਦੇ ਵਿੱਚ ਇੱਕ ਕੰਡਕਟਰ ਵੀ ਸੀਗਾ ਸ਼ਾਮਲ ਇਹਨਾਂ ਨੂੰ ਸਿਵਲ ਹਸਪਤਾਲ ਦਸੂਆ ਰੈਫਰ ਕੀਤਾ ਲਿਆਂਦਾ ਗਿਆ ਉਸ ਤੋਂ ਬਾਅਦ ਜਿਹੜੇ ਆ 3 ਬੱਚੇ ਤੇ ਇੱਕ ਜਿਹੜਾ ਕਨੈਕਟਰ ਇਹ ਸੀਰੀਅਸ ਕੰਡੀਸ਼ਨ ਹੁੰਦੇ ਹੋਏ ਇਹਨਾਂ ਨੂੰ ਅੱਗੇ ਰੈਫਰ ਕਰ ਦਿੱਤਾ ਗਿਆ ਤੇ ਹੁਣੇ ਇਨਫੋਰਮੇਸ਼ਨ ਮਿਲੀ ਆ ਵੀ ਇੱਕ ਜਿਹੜਾ ਬੱਚਾ ਆ ਉਹਨੂੰ ਰਸਤੇ ਜਾਂਦੇ ਹੋਏ ਜਿਹੜੀ ਉਹਦੀ ਡੈਥ ਹੋ ਚੁੱਕੀ ਹੈ ਤੇ ਕੀ ਟਰੱਕ ਡਰਾਈਵਰ ਨੂੰ ਕਾਬੂ ਕਰ ਲਿਆ ਗਿਆ ਪੁਲਿਸ ਦੇ ਵੱਲੋਂ ਉਤੇ ਐਕਸ਼ਨ ਲਿਆ ਗਿਆ ਨਹੀਂ ਦੇਖੋ ਜੀ ਡੀਐਸਪੀ ਸਾਹਿਬ ਨੇ ਹੁਣੇ ਮੇਰੀ ਗੱਲ ਹੋਈ ਉਹ ਕਹਿੰਦੇ ਵੀ ਜਿਹੜਾ ਆ ਟਰੱਕ ਡਰਾਈਵਰ ਜਿਹੜਾ ਹੈ ਮੌਕੇ ਤੋਂ ਫਰਾਰ ਹੋ ਗਿਆ ਤੇ ਉਹਨੂੰ ਜਲਦੀ ਕਾਬੂ ਕਰ ਲਿਆ ਜਾਏਗਾ ਤਾਂ तमाम ਜਾਣਕਾਰੀ ਲਈ ਸ਼ੁਕਰੀਆ ਪਰਵੀਨ ਦਾ ਵੱਡੀ ਖਬਰ ਆ ਰਹੀ ਹੈ ਸਕੂਲ ਵੈਨ ਦੇ ਨਾਲ ਭਿਆਨਕ ਹਾਦਸਾ ਵਾਪਰਿਆ ਹਾਦਸੇ ਦੇ ਵਿੱਚ ਇੱਕ ਬੱਚੇ ਦੀ ਮੌਤ ਹੋ ਗਈ ਹੈ ਜਦਕਿ ਕਈ ਬੱਚੇ ਜਿਹੜੇ ਨੇ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਬੱਚਿਆਂ ਦੀ ਰੋਂਦਿਆਂ ਦੀ ਆਵਾਜ਼ ਸੁਣ ਕੇ ਮਾਪੇ ਵੀ ਉੱਥੇ ਇਕੱਠੇ ਹੋ ਗਏ ਦੱਸਿਆ ਜਾ ਰਿਹਾ ਕਿ ਜਦੋਂ ਇਹ ਬੱਸ ਦਾ ਹਾਦਸਾ ਵਾਪਰਿਆ ਤਾਂ ਸਥਾਨਕ ਲੋਕਾਂ ਦੇ ਵੱਲੋਂ ਜ਼ਖਮੀ ਬੱਚਿਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਬੱਚੇ ਜਿਹੜੇ ਜ਼ਿਆਦਾ ਜ਼ਖਮੀ ਸਨ ਉਹਨਾਂ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ 3 ਬੱਚੇ ਜਿਨ੍ਹਾਂ ਦੀ ਹਾਲਤ ਜ਼ਿਆਦਾ ਗੰਭੀਰ ਸੀ ਜਿਨ੍ਹਾਂ ਦੇ ਵਿੱਚ ਕੰਡਕਟਰ ਵੀ ਸ਼ਾਮਲ ਸਨ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ ਜਦਕਿ ਵੱਡੀ ਖਬਰ ਆ ਰਹੀ ਕਿ ਇੱਕ ਬੱਚੇ ਦੀ ਮੌਤ ਹੋ ਗਈ ਹੈ ਤਾਂ ਬੇहद ਦਰਦਨਾਕ ਹਾਦਸਾ ਵਾਪਰਿਆ ਹੈ ਟਾਂਡਾ ਤੋਂ ਦਸੂਆ ਇਹ ਸਕੂਲ ਵੈਨ ਜਾ ਰਹੀ ਸੀ ਨਿੱਜੀ ਸਕੂਲ ਦੀ ਇਹ ਬੱਸ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ 50 ਦੇ ਕਰੀਬ ਬੱਚੇ ਸਵਾਰ ਸਨ ਜਿਨ੍ਹਾਂ ਦੇ ਵਿੱਚੋਂ 13 ਨੂੰ ਜ਼ਿਆਦਾ ਸੱਟਾਂ ਲੱਗੀਆਂ ਨੇ ਜਦਕਿ 3 ਦੀ ਹਾਲਤ ਗੰਭੀਰ ਬਣੀ ਹੋਈ ਹੈ ਜਿਨ੍ਹਾਂ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ ਹੈ ਤੇ ਇੱਕ ਬੱਚੇ ਦੀ ਮੌਤ ਹੋ ਗਈ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿਸ ਤਰੀਕੇ ਨਾਲ ਹਸਪਤਾਲ ਦੇ ਵਿੱਚ ਬੱਚੇ ਲਹੂ ਲੁਹਾਨ ਹੋਏ ਨੇ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਤੇ ਇੱਕ ਬੱਚੇ ਦੀ ਮੌਤ ਹੋ ਗਈ ਹੈ ਮੌਕੇ ਤੇ ਐਮਐਲਏ ਸਾਹਿਬ ਵੀ ਪਹੁੰਚੇ ਤੇ ਪੁਲਿਸ ਦਾ ਕੀ ਕੁਝ ਕਹਿਣਾ ਹੈ ਹੁਣ ਤੁਹਾਨੂੰ ਉਹ ਸੁਣਾਉਂਦੇ ਹਾਂ न्याणे भाजी उसे हाँ जी अच्छ साडे दसूआ दे विच कॉन्वेंट स्कूल की जो बच्चों वाली बस है वह जरना साहब के नज़दीक एक्सीडेंट होया तो अर्ली मॉर्निंग बड़ी माड़ी खबर सुनने मिली है पर परमात्मा की कृपा नाल सारे बच्चे बिल्कुल सही सलामत ने साडे दसूए के सिविल हॉस्पिटल कई बच्चे एडमिट ने उन्होंने इतों की सारी मैनेजमेंट डॉक्टर साहब सारा स्टाफ बहुत मेहनत नाल उन्होंने केयर कर रहे कुछ बच्चे जो थोड़े ज़्यादा सन उन्होंने जलंधर रैफर किया गया तो है वह भी बिल्कुल ठीक ने परमात्मा उन्होंने मेहर भरे हाथ रखे सारे परिवार सारे इतने उन्होंने पेरेंट्स खड़े ने तो असं तो यही दुआ कर सकते हैं कि उन्होंने जी सुख शांति रहे मतलब किन्ने बच्चे से किन्ने रैफर किए गए डॉक्टर साहब मुताबक मतलब 13 पेशेंट है जी उन्होंने 3 रैफर किए गए एक कनैक्टर समेत सारे जलंधर रैफर किए हैं कुछ इतने ट्रीटमेंट कई एक्सरे वगैरह स्कैन चल रही है तो सारे ठीक ने अभी तक साढ़े को 13 इंजर्ड परसन आए हैं जिन्हों 12 बचे है तो एक कंडक्टर है उन्होंने 3 बचे तो एक कंडक्टर जोड़ा है वो रैफर आउट किया गया है बाकी बच्चे सारे जोड़े है स्टेबल ने सारे का ट्रीटमेंट चल रहा है एक्सरे हो गए है सारे जिसे कोई स्टिचिंग की लड़ है ज ड्रेसिंग की लड़ है जो भी उन्होंने ट्रीटमेंट की हैगी सारी टीम इतने डॉक्टर सारे
असं 16-17 डॉक्टर की टीम साढ़े को इतने अवेलेबल है और सारे इस वे हाजिर ने, सारे ट्रीटमेंट कर रहे हैं, सारा स्टाफ मेरे को बैठा हुआ है। सो असी सारे का स्टेबिलिटी वाल ध्यान दे रहे हैं, सारा बच्चे आलमोस्ट जोड़े साढ़े को इतने है ठीक। सुबह सुबह सेंट फॉरवर्ड जोड़े बच्चे ड्राइवर घर को लेकर स्कूल वाल जा रहे थे करना साहब के नेे मेन हाईवे से एक ट्रक ड्राइवर ने पिछले जी बस को पेट मारी है, 13 बच्चों की इंजरी हुई हैगी है, हॉस्पिटल खड़े हैं सिविल हॉस्पिटल SMO डॉक्टर ने दलपुर साहब भी हजे को मौके चुके हैं, टीम भी सारी हज रही है, 6 बच्चे इतने ने, बाकी बच्चे 2 बच्चे तो लै गए पेरेंट्स जोड़े टांडे में, एक बच्चे ने पता लगाई क्योंकि तकड़ा बच्चा वो लागू लगी वो घर के लंगर लैके गए हैं कि 2 ट्रक ड्राइवर साहब कोई नहीं कर रहे जी अस केस किस तरह भी ट्रक कब्जे से ले लिया तो ड्राइवर जोड़ा मौके से बचा उन्होंने भी गिरफ्तार कर लिया। मियां मुराद अली जी, खुदा दे घर देर है अंधेर नहीं, हर समस्या दा समाधान, समस्या जिवें लव मैरिज, वशीकरण, किता कराया, लॉटरी नंबर होवे या लोटो मैक्स 649। मेरे और मेरे पति के बीच में बहुत अनबन रहती थी जिसकी वजह से मैं बहुत सारे तांत्रिकों से मिली पर मुझे कोई समाधान नहीं मिला। उसके बाद मैं मियां मुराद अली जी से मिली जिससे कि अब मैं अपने वैवाहिक जीवन में बहुत खुश हूँ। पहला मेरा लव मैरिज को लेके कोई भी काम नहीं बन रहा सी, बहुत जगह ते धक्के खाए, फिर बाद विच मैनू किसी ने मियां मुराद जी अली बारे दस्या ते आज देखो मैं अपने वैवाहिक जीवन दे विच बहुत खुश हां। कारोबार एकदम ठप हो गया सी, असी बड़े औखे हो गए, फिर सानू किसी ने मियां मोहम्मद अली जी बारे दस्या, उन्हां ने साडी समस्या दा चंगी तरह जुड़ा निपटारा कर दिता, हुण असी बहुत खुश। हुणे कॉल करो 98417 18786 97797 24075।